ਹਾਂ ਭਾਈ ਇਵੇਂ ਨਹੀਂ ਪਈਆਂ, ਜਿੰਨਾ ਚਿਰ ਪਰਚਾ ਨਹੀਂ ਹੁੰਦਾ ਅਸੀਂ ਕੋਈ ਰਾਜੀ ਨਹੀਂ। ਸਰਕਾਰ ਦਾ ਜਿਵੇਂ ਸਰਕਾਰ ਨੇ ਅਨੁਮਾਨਿਤ ਕਿਹਾ ਸੀ ਕਿ ਅਸੀਂ ਸਹਾਇਤਾ ਰਾਸ਼ੀ ਅਤੇ ਨਾਲ ਇੱਕ ਨੌਕਰੀ ਵੀ ਦੇਵਾਂਗੇ। ਅਸੀਂ ਸਹਾਇਤਾ ਨੂੰ ਕੀ ਕਰਾਂਗੇ ਭਾਈ, ਜਦੋਂ ਮੁੰਡਾ ਹੀ ਚਲਿਆ ਗਿਆ, ਸਹਾਇਤਾ ਕੀ ਕਰਨੀ ਹੈ। 1 ਕਰੋੜ ਰੁਪਏ ਦੀ ਸਰਕਾਰੀ ਨੌਕਰੀ ਪੈ ਰਹੀ ਹੈ ਹਾਂ ਸਰਕਾਰ ਦਾ ਭਗਵੰਤ ਮਾਨ। ਬਸ ਭਾਈ ਇੱਦਾਂ। ਹਾਂਜੀ, ਕਿਸਾਨ ਜਥੇਬੰਦੀਆਂ ਸਹੀ ਕਹਿ ਰਹੀਆਂ ਨੇ, ਅਸੀਂ ਉਹਨਾਂ ਦੇ ਨਾਲ ਹਾਂ, ਮੋਢਾ ਨਾਲ ਮੋਢੇ ਨਾਲ ਮੋਢਾ ਨਾਲ ਚੱਲ ਲਾ ਕੇ ਖੜਾਂਗੇ। ਸਾਡੇ ਬੱਚੇ ਨੂੰ ਸ਼ਹੀਦੀ ਦਾ ਖਿਤਾਬ ਦਿੱਤਾ ਜਾਵੇ, ਸਾਡੇ ਬੱਚੇ ਦੇ ਜਿਹਨੇ ਗੋਲੀਆਂ ਮਾਰੀਆਂ ਨੇ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਸਾਨੂੰ ਪਤਾ ਲੱਗੇ, ਪਰਚਾ ਦਰਜ ਹੋਵੇ। ਜਿਸ ਤਰ੍ਹਾਂ ਇੱਕ ਸਰਕਾਰ ਨੇ 1 ਕਰੋੜ ਦਾ ਆਫਰ ਤੇ ਛੋਟੀ ਭੈਣ ਨੂੰ ਨੌਕਰੀ ਵੀ ਕਿਹਾ ਦੇਣ ਲਈ, ਤਾਂ ਇਸ ਤਰ੍ਹਾਂ ਦੀ ਆਫਰ ਗਵਰਨਮੈਂਟ ਵੱਲੋਂ ਵੱਡੀ ਆਫਰ ਦਿੱਤੀ ਜਾ ਰਹੀ ਹੈ ਕਿ ਇਸਦਾ ਸੰਸਕਾਰ ਵੀ ਕਰਵਾਇਆ ਜਾ ਸਕੇ। ਸੰਸਕਾਰ ਤਾਂ ਅਸੀਂ ਉਨਾ ਚਿਰ ਕਰਦੇ ਨਹੀਂ ਹੈਗੇ ਜਿੰਨਾ ਚਿਰ ਨਹੀਂ ਉਹਨਾਂ ਦੇ ਪਰਚਾ ਨਹੀਂ ਹੁੰਦਾ ਜੀ, ਹਾਂ ਉਸ ਤੋਂ ਬਾਅਦ ਉਸ ਨੌਕਰੀ, ਤੋਂ ਬਾਅਦ ਸੋਚਾਂਗੇ। ਹਾਂ ਮਤਲਬ ਨੌਕਰੀ ਦੇ ਹਾਂਜੀ, 1 ਕਰੋੜ ਰੁਪਇਆ ਜਿਹੜਾ ਕਹਿੰਦੇ ਨੇ, ਸਾਡਾ ਘਰ ਖਾਲੀ ਹੋ ਗਿਆ ਸਾਨੂੰ ਵੀ ਪਤਾ ਜੀ, ਉਸੇ ਨਾਲ ਘਰ ਵਸਦਾ ਸੀ ਸਾਡਾ ਭਾਈ। ਜਿਹੜਾ ਸਾਡੇ ਪਰਿਵਾਰ ਨੂੰ ਘਾਟਾ ਪਿਆ ਜੀ, ਸੁਭਦਾ ਸਾਰੀ ਉਮਰ ਨਾ ਤਾਂ ਕਿਸੇ ਤੋਂ ਪੂਰਾ ਹੋਇਆ, ਨਾ ਹੀ ਕੋਈ ਕਰੇ ਨਾ ਹੀ ਹੋਵੇ। ਜਿਹੜਾ ਸਾਡੀ ਤਾਂ ਇਹੀ ਅਪੀਲ ਆ ਸਰਕਾਰ ਨੂੰ, ਹੱਥ ਬੰਨ ਕੇ ਬੇਨਤੀ ਆ ਭਗਵੰਤ ਮਾਨ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਵੀ ਸਾਡੇ ਬੱਚੇ ਦੇ ਜਿਹਨੇ ਗੋਲੀ ਮਾਰੀ ਆ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਉਹਦੇ ਪਰਚਾ ਦਰਜ ਹੋਵੇ, ਪਤਾ ਲੱਗੇ, ਕੱਲ੍ਹ ਨੂੰ ਹੋਰ ਬੱਚੇ ਜਾਣਗੇ ਉੱਥੇ ਬਾਰਡਰਾਂ 'ਤੇ ਸਾਡੇ, ਉਹ ਹੋਰ ਨਾ ਸ਼ਹੀਦ ਹੋਣ, ਹੋਰ ਨਾ ਉਹ ਕਰਨ ਮਰਨ ਉੱਥੇ ਸਾਡੇ ਜਾ ਕੇ ਮਾਵਾਂ ਦੇ ਪੁੱਤ, ਪਤਾ ਲੱਗੇ ਸਾਨੂੰ, ਜਾਂਚ ਹੋਣੀ ਚਾਹੀਦੀ ਹੈ। ਸਾਨੂੰ ਕੋਈ ਹੋਰ ਨਹੀਂ, ਕਿਸੇ ਦਾ ਬਾਹਲਾ ਲਾਲਚ ਵੀ ਸਾਡਾ ਆਏ ਆ, ਜਦੋਂ ਸਾਡੇ ਬੱਚੇ ਹੀ ਨਹੀਂ ਰਿਹਾ ਸਾਡੇ ਕੋਲ, ਸਾਨੂੰ ਹੋਰ ਕਿਸੇ ਦੀ ਹੋਣੀ ਆ, ਸਾਰੇ ਕਿਸੇ ਦਾ। ਫਿਰ ਸੋ ਅਸੀਂ ਜਥੇਬੰਦੀਆਂ ਨਾਲ ਸਹਿਮਤ ਹਾਂ, ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ। ਵੈਸੇ ਤਾਂ ਮੈਨੂੰ ਉਹ ਤੇ ਮਾਣ ਆ ਵੀ ਉਹ ਸ਼ਹੀਦ ਹੋਇਆ, ਫਿਰ ਵੀ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ। ਹਾਂ ਭਾਈ ਇਵੇਂ ਨਹੀਂ ਪਈਆਂ, ਜਿੰਨਾ ਚਿਰ ਪਰਚਾ ਨਹੀਂ ਹੁੰਦਾ ਅਸੀਂ ਕੋਈ ਰਾਜੀ ਨਹੀਂ। ਸਰਕਾਰ ਦਾ ਜਿਵੇਂ ਸਰਕਾਰ ਨੇ ਅਨੁਮਾਨਿਤ ਕਿਹਾ ਸੀ ਕਿ ਅਸੀਂ ਸਹਾਇਤਾ ਰਾਸ਼ੀ ਅਤੇ ਨਾਲ ਇੱਕ ਨੌਕਰੀ ਵੀ ਦੇਵਾਂਗੇ, ਅਸੀਂ ਸਹਾਇਤਾ ਨੂੰ ਕੀ ਕਰਾਂਗੇ ਭਾਈ, ਜਦੋਂ ਮੁੰਡਾ ਹੀ ਚਲਿਆ ਗਿਆ, ਸਹਾਇਤਾ ਕੀ ਕਰਨੀ ਹੈ। 1 ਕਰੋੜ ਰੁਪਏ ਦੀ ਸਰਕਾਰੀ ਨੌਕਰੀ ਪੈ ਰਹੀ ਹੈ ਸਰਕਾਰ ਦਾ ਭਗਵੰਤ ਮਾਨ। ਬਸ ਭਾਈ ਇੱਦਾਂ। ਹਾਂਜੀ, ਕਿਸਾਨ ਜਥੇਬੰਦੀਆਂ ਸਹੀ ਕਹਿ ਰਹੀਆਂ ਨੇ, ਅਸੀਂ ਉਹਨਾਂ ਦੇ ਨਾਲ ਹਾਂ, ਮੋਢਾ ਨਾਲ ਮੋਢੇ ਨਾਲ ਮੋਢਾ ਨਾਲ ਚੱਲ ਲਾ ਕੇ ਖੜਾਂਗੇ। ਸਾਡੇ ਬੱਚੇ ਨੂੰ ਸ਼ਹੀਦੀ ਦਾ ਖਿਤਾਬ ਦਿੱਤਾ ਜਾਵੇ, ਸਾਡੇ ਬੱਚੇ ਦੇ ਜਿਹਨੇ ਗੋਲੀਆਂ ਮਾਰੀਆਂ ਨੇ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਸਾਨੂੰ ਪਤਾ ਲੱਗੇ, ਪਰਚਾ ਦਰਜ ਹੋਵੇ। ਜਿਸ ਤਰ੍ਹਾਂ ਇੱਕ ਸਰਕਾਰ ਨੇ 1 ਕਰੋੜ ਦਾ ਆਫਰ ਤੇ ਛੋਟੀ ਭੈਣ ਨੂੰ ਨੌਕਰੀ ਵੀ ਕਿਹਾ ਦੇਣ ਲਈ, ਤਾਂ ਇਸ ਤਰ੍ਹਾਂ ਦੀ ਆਫਰ ਗਵਰਨਮੈਂਟ ਵੱਲੋਂ ਵੱਡੀ ਆਫਰ ਦਿੱਤੀ ਜਾ ਰਹੀ ਹੈ ਕਿ ਇਸਦਾ ਸੰਸਕਾਰ ਵੀ ਕਰਵਾਇਆ ਜਾ ਸਕੇ। ਸੰਸਕਾਰ ਤਾਂ ਅਸੀਂ ਉਨਾ ਚਿਰ ਕਰਦੇ ਨਹੀਂ ਹੈਗੇ ਜਿੰਨਾ ਚਿਰ ਨਹੀਂ ਉਹਨਾਂ ਦੇ ਪਰਚਾ ਨਹੀਂ ਹੁੰਦਾ ਜੀ, ਹਾਂ ਉਸ ਤੋਂ ਬਾਅਦ ਉਸ ਤੋਂ ਨੌਕਰੀ, ਬਾਅਦ ਸੋਚਾਂਗੇ ਜੀ। ਹਾਂ ਮਤਲਬ ਨੌਕਰੀ ਦੇ ਹਾਂਜੀ, 1 ਕਰੋੜ ਰੁਪਇਆ ਜਿਹੜਾ ਕਹਿੰਦੇ ਨੇ, ਸਾਡਾ ਘਰ ਖਾਲੀ ਹੋ ਗਿਆ ਸਾਨੂੰ ਵੀ ਪਤਾ ਜੀ, ਉਸੇ ਨਾਲ ਘਰ ਵਸਦਾ ਸੀ ਸਾਡਾ ਭਾਈ। ਜਿਹੜਾ ਸਾਡੇ ਪਰਿਵਾਰ ਨੂੰ ਘਾਟਾ ਪਿਆ ਜੀ, ਸੁਭਦਾ ਸਾਰੀ ਉਮਰ ਨਾ ਤਾਂ ਕਿਸੇ ਤੋਂ ਪੂਰਾ ਹੋਇਆ, ਨਾ ਹੀ ਕੋਈ ਕਰੇ ਨਾ ਹੀ ਹੋਵੇ। ਜਿਹੜਾ ਸਾਡੀ ਤਾਂ ਇਹੀ ਅਪੀਲ ਆ ਸਰਕਾਰ ਨੂੰ, ਹੱਥ ਬੰਨ ਕੇ ਬੇਨਤੀ ਆ ਭਗਵੰਤ ਮਾਨ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਵੀ ਸਾਡੇ ਬੱਚੇ ਦੇ ਜਿਹਨੇ ਗੋਲੀ ਮਾਰੀ ਆ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਉਹਦੇ ਪਰਚਾ ਦਰਜ ਹੋਵੇ, ਪਤਾ ਲੱਗੇ, ਕੱਲ੍ਹ ਨੂੰ ਹੋਰ ਬੱਚੇ ਜਾਣਗੇ ਉੱਥੇ ਬਾਰਡਰਾਂ 'ਤੇ ਸਾਡੇ, ਉਹ ਹੋਰ ਨਾ ਸ਼ਹੀਦ ਹੋਣ, ਹੋਰ ਨਾ ਉਹ ਕਰਨ ਮਰਨ ਉੱਥੇ ਸਾਡੇ ਜਾ ਕੇ ਮਾਵਾਂ ਦੇ ਪੁੱਤ, ਪਤਾ ਲੱਗੇ ਸਾਨੂੰ, ਜਾਂਚ ਹੋਣੀ ਚਾਹੀਦੀ ਹੈ।
ਸਾਨੂੰ ਕੋਈ ਹੋਰ ਨਹੀਂ, ਕਿਸੇ ਦਾ ਵਾਹਲਾ ਲਾਲਚ ਵੀ ਸਾਡਾ ਆਏ ਹਾਂ, ਜਦੋਂ ਸਾਡੇ ਬੱਚੇ ਹੀ ਨਹੀਂ ਰਿਹਾ ਸਾਡੇ ਕੋਲ, ਸਾਨੂੰ ਹੋਰ ਕਿਸੇ ਦੇ ਹੋਣੇ ਸਾਰੇ ਕਿਸੇ ਦਾ। ਫਿਰ ਸੋ ਅਸੀਂ ਜਥੇਬੰਦਿਆਂ ਨਾਲ ਸਹਿਮਤ ਹਾਂ, ਮੇਰੇ ਭਰਾ ਨੂੰ ਇਨਸਾਫ਼ ਮਿਲਣਾ ਚਾਹੀਦਾ। ਵੈਸੇ ਤਾਂ ਮੈਨੂੰ ਉਹ 'ਤੇ ਮਾਣ ਆ ਵੀ ਉਹ ਸ਼ਹੀਦ ਹੋਇਆ, ਫਿਰ ਵੀ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਭਰਾ ਨੂੰ ਇਨਸਾਫ਼ ਦਿੱਤਾ ਜਾਵੇ।